ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਦੇ ਵਿੱਚ ਵੇਖਣ ਵਾਲੀਆਂ ਨੂੰ ਸਤਿ ਸ੍ਰੀ ਅਕਾਲ ਵੀ ਅਤੇ ਅਸਲਾਮ ਵਾਲੇਕੁਮ ਵੀ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਅੱਜ 72-73 ਸਾਲ ਬਾਅਦ ਮੱਟੂ ਕੇ ਪਾਈ ਪਿੰਡ ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਖਾਰਾ ਸਾਹਿਬ ਵਿਖੇ ਬੈਠੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜਿੰਨੀਆਂ ਸੰਗਤਾਂ ਇਸ ਟਾਈਮ ਇੱਥੇ ਬੈਠੀਆਂ ਹਨ, ਮੈਂ ਸਾਰਿਆਂ ਨੂੰ ਇਹ ਕਹਾਂਗਾ ਕਿ ਬਹੁਤ ਹੀ ਵੱਡੇ ਪਾਗਾਂ ਵਾਲੇ ਹੋ। 72 ਸਾਲਾਂ ਤੋਂ ਸਾਡਾ ਇਹ ਅਸਥਾਨ ਬੰਦ ਹੈ। ਅਸੀਂ ਉਹ ਬਦਕਿਸਮਤ ਕੌਮ ਹਾਂ ਕਿ ਅਸੀਂ ਆਪਣੀ ਆਜ਼ਾਦੀ ਵਾਸਤੇ ਵੱਡੇ ਵੀ ਗਏ, ਅਸੀਂ ਆਪਣੀ ਆਜ਼ਾਦੀ ਵਾਸਤੇ ਸਾਡੇ ਆਪਣੇ ਛੋਟੇ ਛੋਟੇ ਬੱਚੇ ਸੀ ਕੁਰਬਾਨ ਵੀ ਕੀਤੇ, ਸਾਨੂੰ ਆਜ਼ਾਦੀ ਫਿਰ ਵੀ ਨਾ ਮਿਲੀ ਔਰ ਇਹ ਅਸਥਾਨ ਸਾਡੇ ਕੋਲ ਵਿਛੜ ਗਏ। ਸੋ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਸਦਕਾ ਪੰਜਾਬੀ ਸਿੱਖ ਸੰਗਤ ਦੀ ਟੀਮ ਜਿਹੜਾ ਸਾਡਾ ਇਹ ਉਪਰਾਲਾ ਹੈ, ਇਹ PSS ਹੈ, RSS ਨਹੀਂ ਹੈ। PSS ਅਸੀਂ ਗੁਰਦੁਆਰਿਆਂ ਦਾ ਬੇੜਾ ਚੁੱਕਿਆ ਅਤੇ ਮੈਂ ਬਹੁਤ ਧੰਨਵਾਦੀ ਹਾਂ ਗੌਰਮੈਂਟ ਪਾਕਿਸਤਾਨ ਦਾ ਕਿ ਉਹਨਾਂ ਸਾਨੂੰ ਇਹ ਇਜਾਜ਼ਤ ਦਿੱਤੀ ਕਿ ਅਸੀਂ ਆਪਣਾ ਇਹ ਸਥਾਨ ਖੋਲ੍ਹ ਸਕੀਏ। ਪਿਆਰੀ ਸਾਧ ਸੰਗਤ ਜੀ, ਅਸੀਂ ਅਗਰ ਅੱਜ ਕਹੀਏ ਕਿ ਗੌਰਮੈਂਟ ਆਫ ਪਾਕਿਸਤਾਨ ਸਾਡੇ ਲਈ ਕੁਛ ਨਹੀਂ ਕਰਦਾ ਤਾਂ ਫਿਰ ਇਹ ਗਲਤ ਹੋਏਗਾ। ਇਸ ਗੁਰਦੁਆਰੇ ਦੀ ਮੈਂ ਸੱਚ ਕਹਾਂ ਸੱਚ, ਜਦੋਂ ਗੌਰਮੈਂਟ ਦੇ ਕੋਲ ਗੱਲ ਪਹੁੰਚੀ, ਗੌਰਮੈਂਟ ਨੇ ਕਿਹਾ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਹੈ ਤੁਹਾਡੇ ਇਬਾਦਤ ਕਰਨ 'ਤੇ, ਤੁਹਾਡੇ ਇਬਾਦਤ ਗਾਹ ਖੋਲ੍ਹਣ 'ਤੇ ਜਾਂ ਉਹਦੀ ਮੁਰੰਮਤ ਕਰਨ 'ਤੇ ਮੈਨੂੰ ਕੋਈ ਇਤਰਾਜ਼ ਨਹੀਂ ਹੈ। ਤੁਸੀਂ ਕਰਨਾ ਚਾਹੋ ਤੁਸੀਂ ਕਰੋ, ਅਸੀਂ ਤੁਹਾਡੀ ਜਿੰਨੀ ਹੈਲਪ ਕਰ ਸਕਦੇ ਅਸੀਂ ਕਰਾਂਗੇ। ਇਹ ਉਹ ਅਸਥਾਨ ਹੈ ਕਿ ਜਿੱਥੇ 6ਵੇਂ ਪਾਤਸ਼ਾਹ ਨੂੰ ਇਹ ਸਾਰਿਆਂ ਲੋਕਾਂ ਪਿੰਡਾਂ ਵਾਲਿਆਂ ਨੇ ਰਲ ਕੇ 6ਵੇਂ ਪਾਤਸ਼ਾਹ ਨੂੰ ਰਿਕੁਐਸਟ ਕੀਤੀ ਸੀ, ਇੱਕ ਲੈਟਰ ਲਿਖਿਆ ਸੀ ਕਿ 6ਵੇਂ ਪਾਤਸ਼ਾਹ ਇੱਥੇ ਆਉਣ ਅਤੇ ਇੱਥੇ ਦਾ ਜਿਹੜਾ ਖਾਰਾ ਪਾਣੀ ਹੈ ਜਿਹਦੀ ਵਜ੍ਹਾ ਤੋਂ ਬਿਮਾਰੀ ਫੈਲ ਰਹੀ ਸੀ ਕਿ ਉਹ ਇੱਥੇ ਚਰਨ ਪਾਉਣ ਤੱਕ ਇਹ ਪਾਣੀ ਮਿੱਠਾ ਹੋਵੇ। ਅਤੇ ਮੇਰੇ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਇੱਥੇ ਆਏ ਔਰ ਉਹਨਾਂ 3 ਦਿਨ ਇੱਥੇ ਕਿਆਮ ਕੀਤਾ, ਨਾਮ ਸਿਮਰਨ ਕਰਵਾਇਆ ਔਰ ਇਹ ਪਾਣੀ ਮਿੱਠਾ ਹੋ ਗਿਆ। ਬਾਹਰ ਦੇਸ਼ਾਂ 'ਚ ਬੈਠੇ ਹੋਏ ਲੋਕਾਂ ਨੂੰ ਅਜੀਬ ਗਰੀਬ ਇਹੋ ਜਿਹੀਆਂ ਗੱਲਾਂ ਪਹੁੰਚਦੀਆਂ ਨੇ ਜਿੱਥੇ ਆਣ ਕੇ ਲੋਕ ਕਹਿੰਦੇ ਨੇ ਕਿ ਪਾਕਿਸਤਾਨ 'ਚ ਪਤਾ ਨਹੀਂ ਕਿੰਨੀ ਕੁ ਦਹਿਸ਼ਤਗਰਦੀ ਹੈ, ਪਾਕਿਸਤਾਨ 'ਚ ਪਤਾ ਨਹੀਂ ਕਿੰਨੇ ਕੁ ਰੋਜ਼ਾਨਾ ਕਤਲੋ ਗੈਰਤ ਹੁੰਦਾ ਹੈਗਾ। ਇਸ ਬਾਰੇ ਮੈਂ ਆਪ ਜੀ ਨੂੰ ਜਾਣਕਾਰੀ ਦੇਣਾ ਚਾਹੁੰਦਾ ਕਿ ਐਸੀ ਕੋਈ ਗੱਲ ਨਹੀਂ ਹੈ। 72 ਸਾਲ ਪਹਿਲਾਂ ਤੁਸੀਂ ਅਗਰ ਇਹ ਛੱਡ ਕੇ ਗਏ ਹੋ ਨਾ ਤਾਂ 72 ਸਾਲ ਦੇ ਵਿੱਚ ਜਿਤਨੇ ਗੁਰਸਿੱਖ ਨਨਕਾਣਾ ਸਾਹਿਬ ਜਾਂ ਪਾਕਿਸਤਾਨ ਦੀ ਯਾਤਰਾਵਾਂ 'ਚ ਆਏ ਨੇ ਉਹਨਾਂ ਨੂੰ ਗੁਰੂ ਨਾਨਕ ਦੀ ਬਖਸ਼ਿਸ਼ ਕਿ ਉਹਨਾਂ ਦਾ ਵਾਲ ਨਹੀਂ ਵਿੰਗਾ ਹੋਇਆ ਔਰ ਉਹ ਸਹੀ ਸਲਾਮਤ ਆਪਣੇ ਮੁਲਕਾਂ 'ਚ ਆਪਣੇ ਘਰਾਂ 'ਚ ਗਏ ਨੇ। ਫਿਰ ਕਾਹਦਾ ਇਹ ਲੋਕ ਇਤਰਾਜ਼ ਕਰਦੇ ਨੇ ਕਿ ਪਾਕਿਸਤਾਨ ਦੇ ਵਿੱਚ ਇਹੋ ਜਿਹੀਆਂ ਗੱਲਾਂ ਹੈਗੀਆਂ ਨੇ। ਮੈਂ ਕਹਾਂਗਾ ਕਿ ਜਿਹਨੇ ਬਾਹਰਲੇ ਦੇਸ਼ਾਂ 'ਚ ਬੈਠੇ ਨੇ ਵੱਧ ਤੋਂ ਵੱਧ ਮਦਦ ਕਰੋ ਤਾਂ ਕਿ ਇਹ ਤੁਹਾਡੇ ਗੁਰਦੁਆਰੇ ਜਿਹੜੇ ਨੇ ਉਹਨਾਂ ਦੀਆਂ ਚਾਰ ਦੀਵਾਰੀਆਂ, ਉਹਨਾਂ ਦੇ ਗੇਟ ਔਰ ਜਿਹੜੀ ਗੱਲ ਗੋਪਾਲ ਸਿੰਘ ਚਾਵਲਾ ਨੇ ਕੀਤੀ ਕਿ ਪਾਕਿਸਤਾਨ 'ਚ ਸਿੱਖਾਂ ਦੀ ਗਿਣਤੀ ਘੱਟ ਹੋਣ ਕਰਕੇ ਗ੍ਰੰਥੀਆਂ ਦੀ ਰਾਗਿਆਂ ਦੀ ਕਮੀ ਤਾਂ ਹੈ, ਪਰ ਲੋਕ ਨਹੀਂ ਚਾਹੁੰਦੇ ਕਿ ਅਗਰ ਉਹ ਚਾਹੁਣ ਕਿ ਅਸੀਂ ਪਾਕਿਸਤਾਨ 'ਚ ਜਾ ਕੇ ਰਹਿਣਾ ਚਾਹੁੰਦੇ ਹਾਂ। ਅਤੇ ਗੋਪਾਲ ਸਿੰਘ ਚਾਵਲਾ ਨੇ ਕਹਿ ਦਿੱਤਾ ਕਿ ਅਸੀਂ ਘਰ ਵੀ ਬਣਾ ਕੇ ਦੇਵਾਂਗੇ, ਆ ਕੇ ਇੱਥੇ ਰਹਿਣ, ਆਪਣਾ ਗ੍ਰੰਥੀ ਦਾ ਸੇਵਾ ਕਰਨ। ਜਿਸ ਤਰ੍ਹਾਂ ਇੰਗਲੈਂਡ ਜਾਂਦੇ ਨੇ
USA ਜਾਂਦੇ ਨੇ, ਬਾਕੀ ਦੇਸ਼ਾਂ 'ਚ ਜਾਂਦੇ ਸਾਡੇ ਕੋਲ ਵੀ ਆ ਸਕਦੇ ਨੇ, ਅਸੀਂ ਵੀ ਉਹਨਾਂ ਨੂੰ ਇੱਥੇ ਰਿਹਾਇਸ਼ ਵੀ ਦੇਵਾਂਗੇ ਔਰ ਅਸੀਂ ਉਹਨਾਂ ਨੂੰ ਜਿਹੜੀ ਸਾਡੇ ਵੱਲੋਂ ਤਨਖਾਹ ਹੋਏਗੀ ਅਸੀਂ ਉਹਨਾਂ ਨੂੰ ਉਹ ਵੀ ਦੇਵਾਂਗੇ। ਸਾਡੀਆਂ ਪੈਗਾਮ ਜਿਹੜੇ ਨੇ ਸਾਡੇ ਇਹ ਪੈਗਾਮ ਦੁਨੀਆ ਭਰ 'ਚ ਬੈਠੇ ਹੋਏ ਸੰਗਤਾਂ ਨੂੰ ਹੈ, ਸਾਡੇ ਪੈਗਾਮ ਉਹਨਾਂ ਦੇਸ਼ਾਂ ਨੂੰ ਹੈ ਜਿਹੜੇ ਸਾਡੇ ਮੁਲਕ ਨੂੰ ਖਰਾਬ ਕਰਦੇ ਪਏ ਨੇ ਕਿ ਪਾਕਿਸਤਾਨ 'ਚ ਦਹਿਸ਼ਤਗਰਦੀ ਹੈ। ਸਿੱਖਾਂ ਵਾਸਤੇ, ਗੁਰਦੁਆਰਿਆਂ ਵਾਸਤੇ, ਮੰਦਰਾਂ ਵਾਸਤੇ, ਗਿਰਜਾਂ ਵਾਸਤੇ ਕੋਈ ਦਹਿਸ਼ਤਗਰਦੀ ਨਹੀਂ ਹੈ। ਤੁਸੀਂ ਹੁਮ ਹੁਮ ਆ ਕੇ ਦਰਸ਼ਨ ਕਰੋ। ਨਨਕਾਣਾ ਸਾਹਿਬ ਤੋਂ ਜਿੰਨੀਆਂ ਸੰਗਤਾਂ ਆਈਆਂ ਨੇ, ਔਰਤਾਂ ਮਰਦ ਇਹ ਸਾਰੇ, ਅੱਜ ਅਸੀਂ ਜਦੋਂ ਅਰਦਾਸ ਕਰਾਂਗੇ, ਅਰਦਾਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਪਾਕਿਸਤਾਨ ਦਾ ਅਰਦਾਸ ਕਰਾਂਗੇ ਕਿ ਸਭ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਚ ਗੁਰੂ ਨਾਨਕ ਕਿਰਪਾ ਕਰੇ ਕਿ ਖੈਰ ਖੁਆ ਹੋਵੇ, ਸਾਰੇ ਪਾਸੇ ਸੁੱਖ ਸ਼ਾਂਤੀ ਹੋਵੇ, ਕਿ ਇੱਥੇ ਤੱਤੀ ਵਾਵੀ ਨਾ ਲੱਗੇ ਕਿਸੇ ਨੂੰ, ਜੋ ਅਸੀਂ ਕੁਛ ਸਾਲ ਪਹਿਲਾਂ ਦੁੱਖ ਸੁੱਖ ਸਹੇ ਆ, ਰੱਬ ਇਹਨਾਂ ਤੋਂ, ਇਹਨਾਂ ਦੁੱਖਾਂ ਤੋਂ ਸਾਨੂੰ ਬਚਾਵੇ। ਅਰਦਾਸ ਤੋਂ ਪਹਿਲਾਂ ਪਾਕਿਸਤਾਨ ਦੇ ਸੁੱਖ ਸ਼ਾਂਤੀ ਵਾਸਤੇ, ਇਸ ਗੁਰਦੁਆਰੇ ਦੀ ਖੁੱਲ੍ਹਣ ਵਾਸਤੇ ਅਸੀਂ ਸਾਰੇ ਦੁਬਾਰਾ ਸਿਮਰਨ ਕਰਾਂਗੇ, ਵਾਹਿਗੁਰੂ 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 ਵਾਹਿਗੁਰੂ। ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਘੇਸਾ ਸਵਾਸਾਂ ਨਾਲ ਨਿਭਾਹੀ, ਤਿਨਾ ਦੀ ਕਮਾਈ ਦਾ ਧਿਆਨ ਧਾਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਹੀ ਗੁਰਦੁਆਰਿਆਂ ਦਾ, ਧਿਆਨ ਧਾਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।